ਪੰਜਾਬ ਦੇ ਕਈ ਨੌਜਵਾਨ ਯੂਕਰੇਨ 'ਚ ਫਸੇ ਹੋਏ ਨੇ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ। ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀਆਂ 5 ਲੜਕੀਆਂ ਯੂਕਰੇਨ 'ਚ ਫਸੀਆਂ ਹੋਈਆਂ ਜਿਨ੍ਹਾਂ ਦੇ ਪਰਿਵਾਰ ਚਿੰਤਾ 'ਚ ਡੁੱਬੇ ਨੇ। ਮਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਾਂ ਨੇ ਆਪਣੀਆਂ ਬੱਚਿਆਂ ਨੂੰ MBBS ਦੀ ਪੜ੍ਹਾਈ ਦੇ ਲਈ ਭੇਜਿਆ ਸੀ ਪਰ ਜੰਗ ਸ਼ੁਰੂ ਹੋਣ ਕਰਕੇ ਬੱਚਿਆਂ ਦੀ ਜਾਨ ਤੇ ਬਣ ਆਈ ਹੈ। ਮਾਤਾ ਪਿਤਾ ਭਾਰਤ ਸਰਕਾਰ ਤੋਂ ਜਲਦ ਬੱਚਿਆਂ ਦੀ ਵਾਪਸੀ ਦੀ ਗੁਹਾਰ ਲਗਾ ਰਹੇ ਨੇ। ਪਹਿਲਾਂ ਕਹੀ ਹੋਈ ਇੱਥੇ ਕੋਈ ਖਤਰਾ ਨਹੀਂ, ਹੁਣ ਸਾਡੇ ਬੱਚੇ ਖਤਰੇ 'ਚ ਨੇ, ਅਸੀਂ ਵੀ ਆਪ ਵੀ ਉਹ ਹਾਂ ਅਤੇ ਬੱਚੇ ਵੀ ਨਹੀਂ ਉਹ ਕਰ ਰਹੇ, ਬੱਚੇ ਵੀ ਸਾਡੇ ਖਤਰੇ 'ਚ ਨੇ ਜਿਹਨਾਂ ਨੂੰ ਖਾਣਾ ਪੀਣਾ ਨਹੀਂ ਮਿਲ ਰਿਹਾ ਅਤੇ ਅੰਡਰਗਰਾਊਂਡ ਬੈਠੇ ਨੇ ਰਾਤ ਦੇ, ਉੱਥੋਂ ਮੀਂਹ ਪਈ ਜਾਂਦਾ, ਬਰਫ਼ ਪਈ ਜਾਂਦੀ ਹੈ, ਬੱਚਿਆਂ ਨੂੰ ਉੱਥੇ ਬਹੁਤ ਹਾਲਾਤ ਮਾੜੇ ਨੇ, ਕਦੋਂ ਵੀ ਅਟੈਕ ਹੋ ਸਕਦਾ। ਅਸੀਂ ਆਪਦੀ ਭਾਰਤ ਸਰਕਾਰ ਨੂੰ ਅਤੇ ਦੂਜੀਆਂ ਸਰਕਾਰਾਂ ਨੂੰ ਕਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਬੱਚਿਆਂ ਨੂੰ ਲਿਆਂਦਾ ਜਾਵੇ, ਕਿਸ ਤਰ੍ਹਾਂ ਉੱਥੋਂ ਬੱਚਿਆਂ ਨੂੰ ਕੱਢਿਆ ਜਾਵੇ। ਅਸੀਂ ਸੰਪਰਕ ਕਰ ਰਹੇ ਹਾਂ ਵਾਰ ਵਾਰ ਅਮਿਤ ਸਿੰਘ ਨਾਲ ਵੀ, ਤੁਹਾਡਾ ਸੰਪਰਕ ਹੋ ਗਿਆ, ਅਜੀਤ ਸਾਹਿਬ ਨੂੰ ਵੀ ਅਸੀਂ ਮਿਲ ਰਹੇ ਹਾਂ, ਮੰਗ ਪੱਤਰ ਦਿੱਤਾ ਕਿ ਸਾਡੇ ਬੱਚਿਆਂ ਨੂੰ ਉੱਥੋਂ ਸੇਫ ਕੱਢਿਆ ਜਾਵੇ, ਕਿਉਂਕਿ ਸਾਨੂੰ ਉੱਥੋਂ ਜਦੋਂ ਪਹਿਲਾਂ ਨਹੀਂ ਦੱਸਿਆ ਗਿਆ, ਹੁਣ ਵੀ ਸਾਨੂੰ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਭਰੋਸਾ ਨਹੀਂ ਹੈਗਾ ਸਾਡੇ ਬੱਚਿਆਂ ਨਾਲ, ਮਤਲਬ ਕਿਸ ਤਰ੍ਹਾਂ ਦਾ ਜਦੋਂ ਤੱਕ ਸੇਫਟੀ ਨਾਲ ਉਹਨਾਂ ਨੂੰ ਕੱਢਿਆ ਨਹੀਂ ਜਾਂਦਾ। ਸਾਡੇ 'ਚ ਘਬਰਾਹਟ ਹੈ, ਸਾਡੇ ਬੱਚਿਆਂ 'ਚ ਘਬਰਾਹਟ ਹੈ, ਕੋਈ ਅਚਨਚੇਤ ਕੋਈ ਘਟਨਾ ਹੋ ਸਕਦੀ ਸਾਡੇ ਬੱਚਿਆਂ ਨਾਲ।